ਉਧਰ ਬਠਿੰਡਾ ਦੇ ਵਿੱਚ ਵੀ ਪੁਲਿਸ ਨੇ ਨਸ਼ਾ ਤਸਕਰਾਂ ਦੇ ਖਿਲਾਫ ਸਖਤੀ ਵਿਖਾਈ ਹੈ। ਪੁਲਿਸ ਨੇ 4 ਨਸ਼ਾ ਤਸਕਰਾਂ ਦੀ ਪ੍ਰਾਪਰਟੀ ਸੀਜ਼ ਕਰ ਦਿੱਤੀ ਹੈ। ਪੁਲਿਸ ਨੇ ਕਰੀਬ 36 ਲੱਖ ਦੀ ਪ੍ਰਾਪਰਟੀ ਸੀਜ਼ ਕੀਤੀ ਹੈ। ਐਨਡੀਪੀਐਸ ਦੇ 20 ਕੇਸਾਂ ਦੀ ਕੰਪੀਟੈਂਟ ਅਥਾਰਟੀ ਕੋਲ ਪੈਂਡਿੰਗ ਹੈ। ਡੀਐਸਪੀ ਦਾ ਕਹਿਣਾ ਹੈ ਜਲਦ ਹੀ ਬਾਕੀ ਨਸ਼ਾ ਤਸਕਰਾਂ ਦੀ ਪ੍ਰਾਪਰਟੀ ਵੀ ਜ਼ਬਤ ਕਰਾਂਗੇ। ਨਸ਼ਾ ਤਸਕਰੀ ਤੇ ਨਸ਼ਾ ਤਸਕਰਾਂ ਨੂੰ ਨੱਥ ਪਾਉਣ ਦੇ ਲਈ ਪੰਜਾਬ ਪੁਲਿਸ ਲਗਾਤਾਰ ਸਖਤੀ ਵਿਖਾਉਂਦੀ ਹੋਈ ਨਜ਼ਰ ਆ ਰਹੀ ਹੈ। ਤਾਂ ਬਠਿੰਡਾ ਦੀਆਂ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਜਿੱਥੇ 4 ਨਸ਼ਾ ਤਸਕਰਾਂ ਦੀ ਪ੍ਰਾਪਰਟੀ ਸੀਜ਼ ਕੀਤੀ ਗਈ ਹੈ। ਪੰਜਾਬ ਪੁਲਿਸ ਵੱਲੋਂ ਪੰਜਾਬ ਭਰ ਵਿੱਚ ਨਸ਼ਾ ਤਸਕਰੀ ਦਾ ਕੰਮ ਕਰਨ ਵਾਲੇ ਨਸ਼ਾ ਤਸਕਰਾਂ ਦੀਆਂ ਜਿਹੜੀਆਂ ਪ੍ਰਾਪਰਟੀਆਂ ਉਹ ਫਰੀਜ਼ ਕੀਤੀਆਂ ਜਾ ਰਹੀਆਂ ਨੇ। ਇਸੇ ਦੇ ਤਹਿਤ ਹੀ ਬਠਿੰਡਾ ਵਿੱਚ ਵੀ ਅੱਜ ਬਠਿੰਡਾ ਪੁਲਿਸ ਵੱਲੋਂ ਜਿਹੜਾ ਨਸ਼ਾ ਤਸਕਰਾਂ ਦੀਆਂ ਪ੍ਰਾਪਰਟੀਆਂ ਫਰੀਜ਼ ਕੀਤੀਆਂ ਗਈਆਂ ਨੇ। ਮੇਰੇ ਨਾਲ ਡੀਐਸਪੀ ਗੁਰਪ੍ਰੀਤ ਸਿੰਘ ਅਤੇ ਇੰਸਪੈਕਟਰ ਗੁਰਪ੍ਰੀਤ ਸਿੰਘ ਨੇ, ਆਪਾਂ ਗੱਲ ਕਰਦੇ ਹਾਂ ਕਿ ਕਿੰਨਾ ਕਿੰਨਾ ਲੋਕਾਂ ਦੀਆਂ ਜਿਹੜੀਆਂ ਪ੍ਰਾਪਰਟੀਆਂ ਔਰ ਕਿੰਨੇ ਦੀਆਂ ਇਹ ਪ੍ਰਾਪਰਟੀਆਂ ਸਨ ਅਤੇ ਕਿੰਨੀਆਂ ਨੇ, ਇਹ ਪੁੱਛਦੇ ਹਾਂ ਕਿ ਜਿਹੜੀਆਂ ਫਰੀਜ਼ ਕੀਤੀਆਂ ਗਈਆਂ। ਡਿਪਟੀ ਸਾਹਿਬ, ਕਿੰਨੀਆਂ ਪ੍ਰਾਪਰਟੀਆਂ ਫਰੀਜ਼ ਕੀਤੀਆਂ ਗਈਆਂ, ਆਖਰ ਇਹ ਕੌਣ ਲੋਕ ਸੀਗੇ ਤੇ ਕਿਹੋ ਜਿਹੇ ਨਸ਼ੇ ਦੀ ਤਸਕਰੀ ਦੇ ਵਿੱਚ ਸੀ? ਜਿਨ੍ਹਾਂ ਦੇ ਖਿਲਾਫ ਡਰੱਗਸ ਦਾ ਐਨਡੀਪੀਐਸ ਐਕਟ ਦਾ ਹੈਵੀ ਰਿਕਵਰੀ ਦਾ ਕੇਸ ਰਜਿਸਟਰਡ ਹੁੰਦਾ, ਉਹਨਾਂ ਦੀਆਂ ਜਿਹੜੀਆਂ ਉਹਨਾਂ ਨੇ ਪ੍ਰੋਪਰਟੀਆਂ ਡਰੱਗਸ ਨਾਲ ਬਣਾਈਆਂ ਨੇ, ਡਰੱਗਸ ਰਿਲੇਟਡ ਉਹਨਾਂ ਨੇ ਪ੍ਰੋਪਰਟੀਆਂ ਬਣਾਈਆਂ ਨੇ, ਉਹ ਪ੍ਰੋਪਰਟੀਆਂ ਨੂੰ ਅਸੀਂ 8F ਦਾ ਕੇਸ ਬਣਾ ਕੇ ਭੇਜਦੇ ਹਾਂ ਅਤੇ ਉਹ ਕੇਸ ਪਾਸ ਹੋਣ ਤੋਂ ਬਾਅਦ ਉਹ ਜਿਹੜਾ ਕੇਸ ਹੈ ਜਿਹੜੀ ਉਹਦੀ ਪ੍ਰੋਪਰਟੀ ਉਹ ਫਰੀਜ਼ ਕੀਤੀ ਜਾਂਦੀ ਹੈ। ਜੋ ਕੁੱਲ 4 ਕੇਸਾਂ ਦੀਆਂ ਪ੍ਰੋਪਰਟੀਆਂ ਜਿਹੜੀਆਂ ਡਿਸਟ੍ਰਿਕਟ ਬਠਿੰਡੇ ਦੀਆਂ 4 ਕੇਸਿਸ ਦੇ ਜਿਹੜੇ ਫਰੀਜ਼ਿੰਗ ਆਰਡਰ ਆਏ ਨੇ, ਜਿਨ੍ਹਾਂ ਦੀਆਂ ਪ੍ਰੋਪਰਟੀ ਜਿਨ੍ਹਾਂ ਨੇ ਡਰੱਗਸ ਦੇ ਨਾਲ ਇਹ ਪ੍ਰੋਪਰਟੀਆਂ ਬਣਾਈਆਂ ਨੇ, ਉਹ ਫਰੀਜ਼ ਕੀਤੀਆਂ ਗਈਆਂ ਨੇ। ਬਾਕੀ 24 ਕੇਸਿਸ ਸਾਡੇ ਜਿਹੜੇ ਜ਼ਿਲ੍ਹੇ ਦੇ ਉੱਥੇ ਪੈਂਡਿੰਗ ਨੇ ਜੀ। ਇਹ ਕੌਣ ਲੋਕ ਨੇ, ਕਿਹੋ ਜਿਹੇ ਨਸ਼ਿਆਂ ਦੇ ਵਿੱਚ ਜਿਹੜੇ ਨੇ ਖਾਸ ਕਰਕੇ ਆਏ ਗਏ ਨੇ? ਚਿੱਟੇ ਦੇ ਵਪਾਰੀ ਨੇ, ਕਿਸੇ ਹੋਰ ਨਸ਼ੇ ਦੇ ਵਪਾਰੀ ਸੀ? ਇਹ ਸਾਰੇ ਡਰੱਗਸ ਨਾਲ ਰਿਲੇਟਡ ਹੀ ਨੇ, ਜਿਸ ਤਰ੍ਹਾਂ ਕੋਈ ਪੋਪੀ ਹਸਪ ਦਾ ਹੈ, ਕੋਈ ਚਿੱਟੇ ਦਾ, ਕੋਈ ਮੈਡੀਕਲਸ ਜਿਵੇਂ ਸਟ੍ਰਿਪਸ ਵਗੈਰਾ ਮੈਡੀਕਲ ਦੀਆਂ ਨਸ਼ੇ ਦੀਆਂ ਵੇਚਦੇ ਨੇ, ਉਹ ਨੇ ਇਹ ਲੋਕ। ਕਿੰਨਾ ਸਮਾਂ ਲੱਗ ਜਾਂਦਾ ਜੀ ਨਸ਼ਾ ਤਸਕਰੀ ਦੇ ਵਿੱਚ ਜਿਹੜੇ ਆਏ ਨੇ ਉਹਨਾਂ ਦੀਆਂ ਪ੍ਰੋਪਰਟੀਆਂ ਅਟੈਚ ਕਰਨ ਤੇ, ਕਿਉਂਕਿ ਕਾਫੀ ਲੰਮਾ ਸਮਾਂ ਹੋ ਗਿਆ ਇਸ ਚੀਜ਼ ਨੂੰ ਚੱਲਦੇ ਹੋਏ? ਦੇਖੋ ਜੀ, ਸਾਰਿਆਂ ਨਾਲੋਂ ਪਹਿਲਾਂ ਤਾਂ ਅਸੀਂ ਪ੍ਰੋਪਰਟੀ ਆਈਡੈਂਟੀਫਿਕੇਸ਼ਨ ਕਰਨੀਆਂ ਹੁੰਦੀਆਂ ਨੇ। ਮਾਨਯੋਗ SSP ਸਾਹਿਬ ਵੱਲੋਂ ਪਹਿਲਾਂ ਜੋ ਸਾਨੂੰ ਡਾਇਰੈਕਸ਼ਨ ਦਿੱਤੀ ਗਈ, ਪ੍ਰੋਪਰਟੀ ਆਈਡੈਂਟੀਫਾਈ ਕੀਤਾ ਜਾਵੇ ਜਿਹੜੇ ਲੋਕਾਂ ਨੇ ਡਰੱਗਸ ਨਾਲ ਰਿਲੇਟਡ ਪ੍ਰੋਪਰਟੀਆਂ ਬਣਾਈਆਂ ਨੇ। ਜੋ ਅਸੀਂ ਇਹ ਪ੍ਰੋਪਰਟੀਆਂ ਨੂੰ ਅਸੀਂ ਆਈਡੈਂਟੀਫਾਈ ਕਰਨ 'ਚ ਸਫਲ ਹੋਏ ਹਾਂ ਵੀ ਜਿਹੜੀ ਇਹ ਪ੍ਰੋਪਰਟੀ ਡਰੱਗਸ ਨਾਲ ਰਿਲੇਟਡ ਬਣਾਈ ਹੈ, ਅਤੇ ਉਹ ਪ੍ਰੋਪਰਟੀ ਉਹਦੇ ਬਾਅਦ ਅਸੀਂ ਜਿਹੜਾ ਉਹਦਾ ਸਾਰਾ ਜਿਹੜਾ ਰਿਕਾਰਡ ਹੈ ਉਹ ਕੇਸ, ਇੱਕ ਪ੍ਰੋਪਰ ਕੇਸ ਤਿਆਰ ਹੋ ਕੇ ਉਹਦੀ ਓਨਰਸ਼ਿਪ ਹੋਰ ਉਹਦਾ ਸਾਰਾ ਰਿਕਾਰਡ ਗੱਟ ਕਰਕੇ ਅਸੀਂ ਮਾਲ ਮਹਿਕਮੇ ਤੋਂ ਵੀ ਅਸੀਂ ਕੇਸ ਬਣਾ ਕੇ ਨਰਕੋਟਿਕਸ ਵਿੰਗ ਦਿੱਲੀ, ਨਿਊ ਦਿੱਲੀ ਉੱਥੇ ਭੇਜਦੇ ਹਾਂ। ਉਦੋਂ ਬਾਅਦ ਉੱਥੇ ਨੋਟਸ ਹੁੰਦਾ, ਨੋਟਸ ਹੋਣ ਤੋਂ ਬਾਅਦ ਜੇ ਕੋਈ ਕਮੀ ਪੇਸ਼ੀ ਹੁੰਦੀ ਹੈ ਉਹਦੀ ਪੂਰਾ ਕਰਾਇਆ ਜਾਂਦਾ, ਅਤੇ ਆਫਟਰ ਨੋਟਸ ਫਿਰ ਉਹਨੂੰ ਜਦੋਂ ਉਹਨਾਂ ਨੇ ਕੇਸ ਪਾਸ ਹੋ ਜਾਂਦਾ ਤਾਂ ਉਹ ਫਰੀਜ਼ਿੰਗ ਆਰਡਰ ਜਿਹੜੇ ਸਾਨੂੰ ਸੈਂਡ ਕਰਦੇ ਨੇ। ਉਸ ਤੋਂ ਬਾਅਦ ਜਿਹੜੇ ਫਰੀਜ਼ਿੰਗ ਆਰਡਰ ਹੈ ਫਿਰ ਅਸੀਂ ਉਹਦੀ ਪ੍ਰੋਪਰਟੀ, ਜਿਸ ਤਰ੍ਹਾਂ ਤੁਸੀਂ ਦੇਖਿਆ ਹੋਣਾ ਵੀ ਅੱਜ ਅਸੀਂ ਇਹਨਾਂ ਨੂੰ ਪੇਸਟ ਕੀਤਾ ਇੱਥੇ, ਅਤੇ ਉਹ ਪ੍ਰੋਪਰਟੀ ਨੂੰ ਅਸੀਂ ਆਪਣੇ ਆਪਣੇ ਉਹਨੂੰ ਫਰੀਜ਼ ਕਰ ਦਿੰਦੇ ਹਾਂ ਅਤੇ ਨੋਟਸ ਚੁਕਾ ਦਿੱਤਾ ਜਾਂਦਾ। ਬਠਿੰਡਾ ਤੋਂ ਕੁਲਬੀਰ ਬਿਰਾਜ ਜੀ, ਮੀਡੀਆ।